ਤਮਾਮ ਅਜ਼ਾਦਾਰਾਂ ਦਾ ਇਸ਼ਫਾਕ ਮਕਾਮ ਤੇ ਟੁਰ ਆਇਆ। ਪੜ੍ਹਨ ਵਾਲਿਆਂ ਦੀ ਪੜ੍ਹਾਈ ਮੈਂ ਹਕੀਰ ਦੀ ਨੌਕਰੀ ਮੇਰਾ ਬਾਦਸ਼ਾਹ ਆਪਣੇ ਪਾਕ ਦਰਬਾਰ ਵਿੱਚ ਮਨਜ਼ੂਰ ਤੇ ਮਕਬੂਲ ਫਰਮਾ। ਜਿਤਨੇ ਵੀ ਹਾਜ਼ਰੀਨ ਮਜਲਿਸ ਮੁਮਿਨੀਨ ਜੋ ਜੋ ਨੇਕ ਦਿਲੀ ਮਕਸਦ ਲੈ ਕੇ ਆਇਓ ਮਾਲ ਖਾਲ ਕਬੂਲ ਤੇ ਮਨਜ਼ੂਰ ਫਰਮਾ। ਬਨੀਆਂ ਦੇ ਮੇਰਾ ਬਾਦਸ਼ਾਹ ਰਿਜ਼ਕ ਬਖਤ ਇੱਜ਼ਤ ਵਿੱਚ ਇਜ਼ਾਫਾ ਫਰਮਾ। ਜਿਤਨੇ ਬਿਮਾਰ ਹਨ ਸਿਹਤ ਕੁੱਲੀ ਅਤਾ ਫਰਮਾ। ਸਲਵਾਤ ਇੱਕੋ ਹੀ ਪੜ੍ਹੋ ਤੇ ਅਸੀਂ ਪੜ੍ਹੋ ਜੋ ਸਾਰੀਆਂ ਦੁਆਵਾਂ ਦੀ ਕਬੂਲੀਅਤ ਹੋ ਜਾਵੇ। ਅੱਲਾਹ ਇਜਾਜ਼ਤ ਹੈ ਜੀ ਮੈਂ ਜ਼ਿਕਰ ਪਾਠ ਸ਼ੁਰੂ ਕਰਾਂ। ਮੇਰੇ ਬਾਅਦ ਮੇਰੇ ਬਜ਼ੁਰਗ ਤਸ਼ਰੀਫ ਫਰਮਾਨ ਮਾਲਕ ਇਹਨਾਂ ਨੂੰ ਸਿਹਤ ਕੁੱਲੀ ਅਤਾ ਔਰ ਇਹਨਾਂ ਦਾ ਸਾਇਆ ਸਲਾਮਤ ਰੱਖਾ। ਮੇਰੇ ਭਾਈ ਤਸ਼ਰੀਫ ਫਰਮਾਨ ਕੋਈ ਲੰਬੀ ਚੌੜੀ ਨੌਕਰੀ ਨਹੀਂ ਬਾਨੀ ਦੀ ਹਸੀਅਤ ਨਾਲ ਹਾਜ਼ਰੀ ਹੈ। ਮੇਰਾ ਦਿਲ ਹੈ ਨੌਕਰ ਬਣ ਕੇ ਥੋੜ੍ਹਾ ਜਿਹਾ ਸਬਕ ਸੁਣਾ ਕੇ ਮੈਂ ਦੁਬਾਰਾ। ਅੱਛਾ ਖੁਦਾ ਕੇ ਜ਼ੈਨ ਕਾ ਦੁਨੀਆ ਮੇਂ ਜ਼ੈਨ ਜ਼ਿੰਦਾ ਹੈ। ਚਾਰ ਸਤਰਾਂ ਮੁਰਸ਼ਿਦ ਪਾਕ ਕਾਇਨਾਤ ਨਾਲੋਂ ਕੀਮਤੀ। ਖੁਦਾ ਕੇ ਜ਼ੈਨ ਕਾ ਦੁਨੀਆ ਮੇਂ ਜ਼ੈਨ ਜ਼ਿੰਦਾ ਹੈ। ਸਿਨਾ ਕੀ ਨੋਖ ਪੇ ਜ਼ਹਰਾ ਕਾ ਚੈਨ ਜ਼ਿੰਦਾ ਹੈ। ਸੁਭਾਨ ਅੱਲਾਹ। ਖੁਦਾ ਕੇ ਜ਼ੈਨ ਕਾ ਦੁਨੀਆ ਮੇਂ ਜ਼ੈਨ ਜ਼ਿੰਦਾ ਹੈ। ਸਿਨਾ ਕੀ ਨੋਖ ਪੇ ਜ਼ਹਰਾ ਕਾ ਚੈਨ ਜ਼ਿੰਦਾ ਹੈ। ਨਾ ਪੂਛ ਵਕਤ ਕੀ ਇਨ ਬੇ ਜ਼ੁਬਾਂ ਕਿਤਾਬੋਂ ਸੇ ਕਿਉਂ ਸੁਨੋ ਆਜ਼ਾਨ ਤੋ ਸਮਝੋ ਹੁਸੈਨ ਜ਼ਿੰਦਾ। ਸੁਭਾਨ ਅੱਲਾਹ। ਮੇਰੇ ਹਿੱਸੇ ਦੀ ਖੈਰਾਤ ਮੈਨੂੰ ਮਿਲ ਗਈ ਵਸਦੇ ਰਹੋ ਬਿਸਮਿਲ੍ਲਾ। ਜਿਤਨਾ ਹੁਕਮ ਹੈ ਮੈਂ ਨਮਾਜ਼ ਮੁਕੰਮਲ ਕਰਕੇ ਤੇ ਸਲਾਮ ਕਰਾਂ ਸਲਵਾਤ ਪੜ੍ਹੋ ਤੇ ਦੋ ਆਇਤਾਂ ਕੁਰਾਨ ਦੀ। ਸਲਵਾਤ ਪੜ੍ਹੋ ਚਾ ਭਾਈ ਜਿਤਨੇ ਬੈਠੇ ਹੋ ਸਾਰੇ ਜਿਵੇਂ ਕੁਰਾਨ ਸੋਹਣਾ ਹੈ ਬਾਈ ਜਿਵੇਂ ਕੁਰਾਨ ਦੇ ਵਾਰਸ ਸੋਹਣੇ ਨੀਵੇਂ ਬੋਲਿਆ ਜੇ ਸਾਰੇ ਸਮੇਂ ਚਲੋ ਬਾਈ ਗਵਾਹੀ ਦੇਵਿਆ ਜੇ ਜਿਹਨੂੰ ਲੁਤਫ ਆਵੇ ਉਹ ਮਾਸ਼ਾਅੱਲਾ ਸੁਭਾਨ ਅੱਲਾਹ ਜ਼ਰੂਰ ਬਿਸਮਿਲ੍ਲਾ। ਅੱਛਾ ਜੀ ਬਿਸਮਿਲ੍ਲਾ। ਖਲਕ ਕਰ ਇਨਸਾਨ
मेरा बादशाह तुहानू फसदिया रखन जिंदा सलामत रहो। हो गई हाजरी मेरे हिस्से दी। एक कसीदे का हुक्म है, दो शेर पढ़ के तबरकन जिक्र मसाहिब ते मैं सलाम कर। अदब इजाजत नहीं देंदा मेरे बुजुर्ग तशरीफ फरमा। असा सारे पंज तंदे गुलाम बैठे हैं, क्या बात है। एक कसीदा मेरे भाई ने लिखा जी, मालिक उन्होंने कलम ही छोड़ ताकत अता। कसीदा लिखे और कसीदे च तारफ कराए जो केड़ी केड़ी हस्ती ने आख्या असा पंज तंदे गुलाम। कसीदा बड़ा प्यारा और बड़े नवे रंग च मैं थोड़े हवाले करन लगा, दुआ हासिल करनी इजाजत है जी। पढ़ा जी दो शेर कसीदा। मैं तो पंज तन का गुलाम, मैं तो पंज तन का गुलाम, मैं तो पंज तन का गुलाम। मैं तो पंज तन का गुलाम हूँ।
सुभान अल्लाह जी। अच्छा लखवा रख देना, मैं तो पंज तन का गुलाम हूं, 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 मैं तो पंज तन का गुलाम हूं। सुभान अल्लाह भाई, मैं सदके जावा। सुभान अल्लाह भाई, हमेशा वस्ते रहो। मैं तो पंज तन का गुलाम हूं, सलमान कहता है बरमला, मैं तो पंज तन का गुलाम बरोजे मैशर, हर कोई अमालना में चाके वैसी जन्नत दे पासे, मगर पार उस वंजना है जिसनों सदा आवे। आ दुश्मन हुसैन अमाला में चाह के जन्नत पास न जा, मैं दस लगा जन्नत के वजना के भाई, मैं तो पंज तन का गुलाम हूं, मैं तो पंज तन का गुलाम हूं, मैं तो पंज तन लो जी दस लगा जन्नत के वजना पूरी तवज्जो ने आने वाला पंज का गुलाम हूं, मैं तो पंज तन का गुलाम हूं। सुभान अल्लाह जी, लो जी आखिरी शेर बिस्मिल्लाह से जरा हो गई हाजरी। आखिरी शेर ते कायनात नालो कीमती शेर, जिड़ा हासिल कसीदा शेर है, जे शेर वास्ते मैं मेहनत कर रहा। मातमी दी शान जनाब सैयदा ने बड़ी बुलंद बनाई है, अल्हम्दुलिल्लाह मैं आप मातमी हूं, मैं जाकर बाद चा पहले मातमी हूं। मेरे सामने मातमी बैठे हो, पाक मिंबर एक कूड़ वाली जगह ही नहीं, इस शेर ते मैं बड़े बड़े इनाम हासिल किए, मगर फकत मातमिया को दुआ लेनी। मातमी दी शान दसना चाहना भाई जान, मातमी दा मकाम दसना चाहना, इंज क्यों ना आखा मर जल बहर इंदे मोती, इन्ना मां दी डोरी च परो के थोड़े हवाले करना चाहना, कि भाई मैं तो पंज तन का गुलाम हूं, मैं तो पंज तन का गुलाम हूं, मैं तो पंज तन का गुलाम हूं। लो जी हुन मातमी ना बोलिया ते मैनूं दुख लगेगा, क्या शान है मातमी दी, जागला पंज तन का गुलाम मैं तो पे
चाकर मेरी भेण चाकर
ਕਰਵਾਇਣ ਮਾਫੀ ਮੰਗ ਕੇ ਕਾਤਲ ਇਨਾਮਾ ਤੋਂ ਰੁੱਸਣ ਲੱਗ ਪੈਣ। ਮਜਲਸਾ ਕਦੀ ਨਹੀਂ ਮੁਕੀਆਂ ਮਗਰ ਮੈਂ ਇਤਨਾ ਜ਼ਰੂਰ ਰਹਿਣਾ ਇਸ ਸਤਰ ਤੇ ਮੇਰੇ ਹਿੱਸੇ ਦੀ ਮੁਕਾਨ ਹੋ ਗਈ। ਵਜ਼ੀਰ ਮੁਸ਼ੀਰ ਕੁਰਸੀਆਂ ਤੇ ਬਹਿ ਗਏ, ਮਕਤੂਲ ਦੀਆਂ ਭੈਣੀ ਚੁੱਪ ਕਰਕੇ ਦੀਵਾਰ ਨਾਲ ਖੜੀਆਂ। ਕਾਤਿਲ ਆਉਂਦੇ ਰਹਿਣ ਆਪਣਾ ਜ਼ੁਲਮ ਦੱਸਦੇ ਰਹਿਣ, ਇਨਾਮ ਮਿਲਦਾ ਰਹਿ ਕਿਬਲਾ ਜਿਹੜੇ ਵੇਲੇ ਸਾਰਾ ਹੈ ਇੱਕ ਲਾਈਨ ਆਉਂਦਾ ਇਹਨਾਂ ਸਾਰਾਂ ਤੋਂ ਕੀਮਤੀ ਕਿਸੇ ਕੋਲ ਕੋਈ ਸ਼ਾਹੇ ਤੇ ਗਿਣਨਾ। ਰੋਣ ਵਾਲੇ ਮੋਮਨੋ ਲਾਈਨ ਕਰੀਬ ਆਇਆ ਹੱਥ ਚ ਕੰਗੜੀ ਏ ਕਮੀਨਾ ਦਾ ਢੇਰ ਇਨਾਮ ਦੇ ਸਾਂ ਜਲਦੀ ਦੱਸਾ ਇਸ ਕੰਗੜੀ ਚ ਕਿਆ ਏ ਕਮੀਨਾ ਦਾ ਸ਼ਬੀਰ ਦਾ ਸਰ ਤੋਂ ਵਾਕੀ ਮੱਤੀ ਏ ਵਾ ਜਲੇ ਗਠੜੀ ਖੋਲ ਵਿਖਰੀ ਏ ਲਾਈਨਾ ਦਾ ਇਹਦੇ ਵਿੱਚ ਹੈ ਚਾਦਰ ਆਲੀਆ ਦੀ ਅਸਾਂ ਨੇ ਲਿਆ ਨਾ ਤਸੀਰ ਮੇਰਾ ਪੁੱਤਰ ਇੱਕ ਬਾਤ ਇੱਕ ਪੜੋ ਹਾਂ ਹਾਂ ਪੜੋ ਸ਼ਾਬਾ ਵਾਜੀ ਆ ਸੈਦ ਸੈਦ ਬਾਤ ਆਪਣਾ ਜ਼ੁਲਮ ਦੱਸਦੇ ਰਹਿਣ ਇਨਾਮ ਮਿਲਦਾ ਰਿਹਾ ਇੱਕ ਲਾਈਨ ਨੂੰ ਇਨਾਮ ਮਿਲਿਆ ਜ਼ਮੀਨ ਤੇ ਸੱਟ ਗਿਆ ਦਾ ਮੇਰਾ ਜ਼ੁਲਮ ਬੜਾ ਵੱਡਾ ਤੇਰਾ ਇਨਾਮ ਥੋੜਾ ਹੈ ਲਾਈਨਾਂ ਦਾ ਹੋਰ ਇਨਾਮ ਦੇ ਸਾ ਜਲਦੀ ਦੱਸਾ ਜ਼ੁਲਮ ਕਿਹੜਾ ਕੀਤਾ ਹੈ ਸ਼ਾਬਾਸ਼